ਸਭ ਟਰੱਕ ਉਹਨਾਂ ਦੇ ਸਾਰੇ ਨੁਮਾਇੰਦੇ ਨੇ ਜੀ, ਟਰੱਕ ਉਹਨਾਂ ਦੇ ਸਾਹਮਣੇ ਜੀ। ਮੈਂ ਆੜ੍ਹਤੀ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਆਇਆ ਜੀ, ਅਤੇ ਖੁੱਲ੍ਹ ਗਈ ਹੜਤਾਲ ਜੀ, ਖੁੱਲ੍ਹ ਗਈ ਹੜਤਾਲ ਜੀ, ਅਤੇ ਉਹਨਾਂ ਦੀਆਂ ਮੰਗਾਂ ਸੀ ਕੱਲ੍ਹ ਤੋਂ ਜੀ, ਕੱਲ੍ਹ ਤੋਂ ਕੰਮ 'ਤੇ ਲੱਗੋ ਜੀ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਸਭ ਤੋਂ ਵੱਧ ਮਤਲਬ ਮੈਂ ਨਹੀਂ ਚਾਹੁੰਦਾ, ਕਿਉਂਕਿ ਮੈਂ ਆਪ ਖੁਦ ਜ਼ਿਮੀਦਾਰ ਪਰਿਵਾਰ ਨੂੰ ਬੁਲਾਉਂਦਾ ਵੀ ਡਾਲਾ ਖੁੱਲ੍ਹੇ, ਪੱਖਾ ਲੱਗੇ, ਤੁਲੇ, 5 ਤੋਂ 6 ਘੰਟੇ ਬੋਰੀ ਮੰਡੀ 'ਚ ਨਹੀਂ ਲੱਗਣੀ ਸੀ, ਬਾਕੀ ਸ਼ੈਲਾਂ 'ਚ ਸ਼ੈਲਾਂ 'ਚ ਬਹੁਤ ਸਪੇਸ ਹੈਗੀ ਹੈ, ਸ਼ੈਲਰਾਂ ਨਾਲ ਵੀ ਮੀਟਿੰਗ ਹੋ ਗਈ, ਅੱਜ ਆੜ੍ਹਤੀ ਨੇ ਕਰਕੇ ਹੜਤਾਲ ਖੋਲ੍ਹ ਦਿੱਤੀ, ਅਤੇ ਕਿਸਾਨਾਂ ਦੇ ਪੈਸੇ ਸਾਡੇ ਕੋਲ ਆ ਗਏ 41,000 ਕਰੋੜ ਰੁਪਇਆ, CCL ਕਹਿੰਦੇ ਹਾਂ ਕੈਸ਼ ਕ੍ਰੈਡਿਟ ਲੈਣੀ, ਅਤੇ ਜਦੋਂ ਤੱਕ ਉਹ ਘਰ ਪਹੁੰਚੂਗਾ ਉਹਦੇ ਪੈਸੇ, ਆਹੀ ਕੰਮ ਹੁੰਦਾ ਲਾਣੇਦਾਰ ਦਾ, ਕਿ ਉਹ ਸਾਰੇ ਪਰਿਵਾਰ ਦਾ ਖਿਆਲ, ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ, ਅਤੇ ਵਧੀਆ ਕੱਲ੍ਹ ਨਰਾਤਿਆਂ ਦੇ ਦਿਨ ਚੱਲਦੇ ਨੇ, ਤਿਉਹਾਰਾਂ ਦੇ ਦਿਨ ਚੱਲਦੇ ਨੇ, ਖੁਸ਼ੀਆਂ ਕੱਲ੍ਹ ਤੋਂ, ਕੱਲ੍ਹ ਨੂੰ ਮਾਰੋ ਸੈਲਫਾਂ, ਅੱਜ ਅੱਜ ਕੱਪੜਾ ਮਾਰ ਲਓ, ਜਿੰਦਾਬਾਦ ਜਿੰਦਾਬਾਦ, ਜਿਉਂਦੇਬਾਦ ਫਿਰੋ ਇੱਕ ਦਰਿਆ ਜੀ, ਇਹਦੇ ਨਾਲ ਸਾਡਾ ਬਹੁਤ ਨੇ ਜੀ, ਝੂਠ ਬੋਲ ਕੇ ਮੀਂਹ ਪੱਥਰ ਰੱਖਤਾ ਬੁੱਲਤਾਂ ਦੇ ਟਾਈਮ, ਉਹਦੇ ਬਾਅਦ ਕੁਛ ਨਹੀਂ ਬਣਿਆ, ਸਤਲੁਜ ਦਾ ਦਰਿਆ ਜੀ ਸਾਡਾ ਬੇਲਾ ਪਟਿਆਲੀ ਰੋਡ ਆ ਜੀ, ਬੇਲਾ ਬੇਲਾ ਪਟਿਆਲੀ ਨੂੰ ਆਪਦੇ ਨੀ ਪੱਥਰ ਆਪ ਹੀ ਦੇਖਣ ਜੋਗੇ ਰਹਿ ਗਏ, ਤੁਸੀਂ ਇੱਦਾਂ ਪਿਆਰ ਹੀ ਦੇਤਾ, ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋਢਾ, ਮੈਂ ਤੁਹਾਡੇ ਨਾਲ 100% ਤੁਹਾਡੇ ਨਾਲ, ਨਾ ਮੇਰਾ ਕਿਸੇ ਰੇਤੇ 'ਚ ਹਿੱਸਾ, ਨਾ ਮੇਰਾ ਖੱਡਾਂ 'ਚ ਹਿੱਸਾ, ਨਾ ਮੇਰਾ, ਮੈਂ ਕਹਿੰਦਾ ਜਿੱਥੇ ਲੋਕਾਂ ਨੂੰ ਚੁੱਲ੍ਹਾ ਬਲਦਾ ਬਲੋ, ਚਾਹੇ ਟਰੱਕਾਂ ਰਾਹੀਂ ਹੈ, ਚਾਹੇ ਟਰੈਕਟਰਾਂ ਰਾਹੀਂ ਹੈ, ਆੜ੍ਹਤੀਆਂ ਰਾਹੀਂ ਹੈ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮੇਰੇ ਵੱਲੋਂ ਐਡਾ ਵੱਡਾ ਅਹੁਦਾ ਦਿੱਤਾ ਜੀ, ਕਿਤੇ ਸੋਚਿਆ ਆਮ ਘਰਾਂ ਦੇ ਮੁੰਡੇ ਨੂੰ ਸੋਚਿਆ ਵੀ ਐਂ ਕਰਾਂਗੇ, ਨਹੀਂ ਮੇਰੀ ਤੁਹਾਡੇ 'ਤੇ ਆਸ, ਤੁਸੀਂ ਮੇਰੇ ਤੇ ਮੀਟ ਕੀਤੀ, ਮੈਂ ਤੁਹਾਡੇ ਤੇ ਕਰੂੰਗਾ, ਅਸੀਂ ਵੀ ਅੱਜ ਲੱਗੇ ਹੋਏ, ਮੋਟਾ ਮੋਟਾ ਦਾ ਕੋਈ ਚੱਕਰ ਨਹੀਂ, ਉਹ ਤਾਂ ਅਜੇ 2.5 ਸਾਲਾਂ ਬਾਅਦ ਨੇ, ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ, ਉਹ ਬਾਅਦ 'ਚ ਦੇਖਾਂਗੇ, ਪਹਿਲਾਂ ਕੰਮ ਦੇਖੋ ਹੋਣ ਵਾਲੇ, ਨਹੀਂ ਤਾਂ ਆਖਰੀ ਸਾਲ ਕਰਦੇ ਆ, ਹਾਂਜੀ ਲੋਕਾਂ ਨੂੰ ਆਖਰੀ ਸਾਲ ਵਾਲੇ ਯਾਦ ਰਹਿ ਜਾਣਗੇ ਵੀ ਹਾਂ ਯਾਰ 100 ਰੁਪਏ ਸਿਲੰਡਰ ਸਸਤਾ ਕਰਤਾ, ਜੇ 4 ਸਾਲ ਲੁੱਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ, ਨੌਕਰੀਆਂ ਦੇਣ ਵਾਸਤੇ ਲੱਗੇ ਹਾਂ, ਪਾਣੀ ਕਹਿ ਨਹਿਰਾਂ ਕੱਸੀਆਂ ਦਾ ਪਾਣੀ, ਬਿਜਲੀ ਦੱਸੋ ਮੇਰੇ ਪਿੰਡ ਵੀ ਅੱਜ 17 ਹੰਪੀਆਂ ਹੋ ਗਈਆਂ, ਵੈਰੀ ਗੁੱਡ, 75 ਪਿੰਡਾਂ 'ਚ ਵੈਰੀ ਗੁੱਡ, ਲੜਾਈਆਂ ਲੂਏ ਕੱਢਣੀ ਲੜੀ ਜਾਂਦੀ, ਸਰਪੰਚੀ ਹੈ ਪਿੰਡ ਦੀ, ਸਰਪੰਚੀ ਹੈ 20-20 ਲੱਖ ਰੁਪਇਆ ਲਾਈ ਜਾਂਦੀ, ਸੀਐਮ ਸਾਹਿਬ ਤੁਹਾਡੀ ਬਦੌਲਤ ਆਹ ਨਹਿਰ 'ਚੋਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਜੀ, ਮਤਲਬ ਬਰਨਾਲੇ ਦੇ ਆਲੇ ਦੁਆਲੇ ਪਿੰਡ ਹਰੀਗੜ੍ਹ ਹੈ, ਰਾਜਗੜ੍ਹ ਹੈ, ਆਲੇ ਦੁਆਲੇ ਭੂਰੇ ਕੁੱਬੇ ਹੈ, ਨਹਿਰ ਉਹਨਾਂ ਦੀਆਂ ਜੜਾਂ 'ਚ ਜਾਂਦੀ ਹੈ, ਉਹਨਾਂ ਨੂੰ ਪਾਣੀ ਨਹੀਂ ਮਿਲਦਾ, ਜਦੋਂ ਨਹਿਰ ਹੀ ਤੁਹਾਡੇ ਖੇਤਾਂ 'ਚ ਜਾਂਦੀ, ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ, ਕਿਉਂ ਨਹੀਂ ਹੈਗਾ ਵੀ ਘੱਟ ਤੋਂ ਘੱਟ ਜਿਨ੍ਹਾਂ ਦੀਆਂ ਜ਼ਮੀਨਾਂ 'ਚੋਂ ਜਾ ਰਹੀ, ਜੇ ਹੁਣ ਇੱਥੇ ਮੈਂ ਫੈਕਟਰੀ ਲਾਊਂਗਾ ਤਾਂ ਘੱਟੋ ਘੱਟ ਤੁਹਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦਿਊਂਗਾ ਨਾ, ਮੈਂ ਸ਼ਰਤ ਰੱਖੂੰਗਾ ਵੀ ਪਹਿਲਾਂ ਇਹਨਾਂ ਦੇ ਇਹਨਾਂ ਨੂੰ ਕੰਮ ਦਿਓ,
ਫੈਕਟਰੀ ਵਾਲੇ ਵੀ ਚਾਹੁੰਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨੀ ਜਾਣਾ ਪੈਂਦਾ। ਤੇ ਹੁਣ ਆ ਇਸ ਨਹਿਰ ਚੋਂ ਤੁਹਾਨੂੰ ਪਾਣੀ ਵੀ ਮਿਲਦਾ, ਫਿਰ ਇਹਦਾ ਕੀ ਫਾਇਦਾ? ਹੋਰ ਵਧਾ ਮੈਂ ਪਾਣੀ ਆਪਣੇ ਕੋਲ ਬਥੇਰਾ ਹੋ ਗਿਆ, ਆਪਾਂ ਸਾਂਭ ਲਿਆ ਤੇ ਹੁਣ ਮਿੱਟੀ ਵੀ ਦੇਖੋ ਕੁਦਰਤ ਹੈ, ਕੁਦਰਤ ਦਾ ਸਰਕਲ ਵੀ ਬਣਾਉਂਦੀ ਹੈ, ਮਿੱਟੀ ਬਹੁਤ ਉਪਜਾਊ ਖੇਤਾਂ ਚ ਵੀ ਆ ਗਈ, 90-90 ਮਨ ਝੋਨਾ ਹੋ ਗਿਆ, ਠੇਕਾ ਵੱਧ ਗਿਆ, ਠੇਕਾ ਤਾਂ ਲੱਖ ਲੱਖ ਤੇ ਚਲਾ ਗਿਆ ਬਿਲਕੁਲ, ਤੇ ਪਰ ਇਹਦੀ ਫਸਲ ਬਹੁਤ ਵਧੀਆ ਹੋ ਰਹੀ ਹੈ, ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸ਼ੁਰੂ।